ਦੇਖੋ ਜੀ, ਭਾਰਤੀ ਜਨਤਾ ਪਾਰਟੀ ਦਾ ਮੈਂਬਰਸ਼ਿਪ ਦਾ ਅਭਿਆਨ ਚੱਲ ਰਿਹਾ ਪੂਰੇ ਦੇਸ਼ ਦੇ ਵਿੱਚ, ਔਰ ਇਸ ਸੂਬੇ ਦੇ ਵਿੱਚ ਵੀ ਭਾਰੀ ਉਤਸ਼ਾਹ ਹੈ ਮੈਂਬਰਸ਼ਿਪ ਲੈਣ ਦੀਆਂ ਸਕੀਮਾਂ ਨੂੰ ਦੇਖਦੇ ਹੋਏ। ਸੋ ਅੱਜ ਇਸ ਨਗਰ ਦੇ ਵਿੱਚ ਵੀ ਸਤਪਾਲ ਜੀ ਦੇ ਗ੍ਰਹਿ ਵਿਖੇ, ਸਰਦਾਰ ਬਲਵੀਰ ਸਿੰਘ ਜੀ ਦੇ ਗ੍ਰਹਿ ਵਿਖੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਅਤੇ ਮੈਂ ਜਿੱਥੇ ਇਹਨਾਂ ਦਾ ਸਾਰੀ ਟੀਮ ਦਾ ਧੰਨਵਾਦ ਕਰਦਾ, ਪ੍ਰਬੰਧਕਾਂ ਦਾ ਧੰਨਵਾਦ ਕਰਦਾ, ਉੱਥੇ ਸਾਰੇ ਵੱਡੀ ਗਿਣਤੀ ਦੇ ਵਿੱਚ ਮੈਂਬਰ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ। ਅਤੇ ਮੈਂ ਉਹਨਾਂ ਸਾਰੇ ਵੀਰ ਬਜ਼ੁਰਗਾਂ ਦਾ, ਮਾਤਾਵਾਂ ਭੈਣਾਂ ਦਾ ਧੰਨਵਾਦ ਕਰਦਾ, ਸਵਾਗਤ ਕਰਦਾ, ਔਰ ਉਹਨਾਂ ਨੂੰ ਜੀ ਆਇਆਂ ਨੂੰ ਆਖਦਾ ਔਰ ਪੂਰਨ ਵਿਸ਼ਵਾਸ ਗੱਲ ਕਰੀਏ ਲਗਾਤਾਰ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਦੇਖ ਕੀ ਕਹਿਣਾ ਚਾਹੁੰਦੇ। ਦੇਖੋ, ਸਰਕਾਰ ਦੀ ਇਹ ਅਹਿਮ ਜ਼ਿੰਮੇਵਾਰੀ ਹੁੰਦੀ ਹੈ ਕਿ ਹਰ ਤਰ੍ਹਾਂ ਆਪਣੇ ਨਾਗਰਿਕ ਦਾ ਜਿਹੜਾ ਉਹ ਪੂਰਾ ਖਿਆਲ ਰੱਖਿਆ ਜਾਏ, ਕਿਸੇ ਤਰ੍ਹਾਂ ਦੀ ਕੋਈ ਆਂਚ ਨਾ ਆਉਣ ਦਿੱਤੀ ਜਾਏ। ਹੁਣ ਤਾਂ ਇਹੋ ਜਿਹਾ ਹਾਲ ਹੈ, ਤੁਸੀਂ ਵੀ ਸ਼ਾਇਦ ਕੱਲ੍ਹ ਉਹ ਵੀਡੀਓ ਦੇਖੀ ਹੋਣੀ ਆ, ਉਹ ਆਮ ਆਦਮੀ ਪਾਰਟੀ ਦਾ ਹੀ ਅਹੁਦੇਦਾਰ ਸੀ, ਉਹ ਕਿਵੇਂ ਆਪਣੀ ਵੀਡੀਓ 'ਚ ਵਿਚਾਰਾ ਆਪਣੇ ਦਰਦ ਰੋ ਰਿਹਾ ਸੀ ਕਿ ਇੰਨਾ ਬੁਰਾ ਹਾਲ ਹੈ ਕਿ ਪੁਲਿਸ ਸੁਣ ਹੀ ਨਹੀਂ ਰਹੀ, ਅਤੇ ਮੈਨੂੰ ਧਮਕੀਆਂ ਆ ਰਹੀਆਂ, ਫਰੌਤੀਆਂ ਮੰਗ ਰਹੇ ਨੇ, ਅਤੇ ਮੈਂ ਫਿਰ ਕੀ ਕਰਨਾ, ਨਹੀਂ ਮੈਨੂੰ ਜਾਨੋ ਮਾਰਨ ਨੂੰ ਕਹਿੰਦੇ ਆ, ਜੇ ਨਹੀਂ ਦਿੰਦਾ ਫਿਰ ਕਹਿੰਦਾ ਮੈਂ ਆਪਣੇ ਪਰਿਵਾਰ ਨੂੰ ਅਤੇ ਆਪ ਨੂੰ ਹੀ ਮਾਰ ਲੈਂਦਾ, ਅਤੇ ਜਿਹੜੀ ਮੇਰੀ ਪ੍ਰੋਪਰਟੀ ਆ ਉਹ ਸੀ ਐਮ ਆਪਦੇ ਨਾਂ ਕਰਾ ਲਏ ਜਾਂ ਉਹ ਸਾਂਭ ਲੈਣ, ਅਤੇ ਆਹ ਤਾਂ ਹਾਲਾਤ ਨੇ ਜੀ ਇੱਥੇ। ਤੁਸੀਂ ਕਰੀ ਸੀ ਗੱਲ BMW ਦੀ, ਭਗਵੰਤ ਮਾਨ ਨੇ ਕੱਲ੍ਹ ਪਰਸੋਂ, ਕਿਵੇਂ ਮੰਨਦੇ ਹੋ? ਦੇਖੋ, ਇੱਕ ਮੁੱਖ ਮੰਤਰੀ ਦਾ ਬਹੁਤ ਵੱਡਾ ਅਹੁਦਾ ਹੁੰਦਾ ਹੈ, ਸਾਰੇ ਸੂਬੇ ਦੇ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ, ਉਹਨੂੰ ਹਰ ਗੱਲ ਬੜੀ ਸੋਚ ਵਿਚਾਰ ਕਰਕੇ ਕਰਨੀ ਚਾਹੀਦੀ ਹੈ। ਉਹਦਾ ਇੱਕ ਸ਼ਬਦ ਵੀ ਕਿਹਾ ਵਾ ਪਬਲਿਕ ਦੇ ਵਾਸਤੇ, ਸਮਝ ਲਓ ਇਹ ਹੁੰਦਾ ਕਿ ਇਸ ਮੁੱਖ ਮੰਤਰੀ ਨੇ ਕਿਹਾ ਅਤੇ ਇਹਦਾ ਮਤਲਬ ਇਹ ਚੀਜ਼ ਹੋਣੀ ਹੈ। ਪਰ ਜਦੋਂ ਆਪਾਂ ਕੋਈ ਬਿਨਾਂ ਸੋਚੇ ਸਮਝੇ ਐਵੇਂ ਹੀ ਕੋਈ ਬਿਆਨ ਦੇ ਦਿੰਦੇ ਹਾਂ ਜਿਹਦਾ ਕੋਈ ਸਿਰ ਪੈਰ ਹੀ ਨਹੀਂ ਹੁੰਦਾ, ਅਤੇ ਫਿਰ ਉਹ 'ਚ ਪਬਲਿਕ ਨੂੰ ਨਿਰਾਸ਼ਤਾ ਹੁੰਦੀ ਹੈ ਔਰ ਬੇਵਿਸ਼ਵਾਸੀ ਵੀ ਹੁੰਦੀ ਹੈ। ਅਤੇ ਇਸ ਵੇਲੇ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ 'ਤੇ ਕੋਈ ਵਿਸ਼ਵਾਸ ਨਹੀਂ ਰਿਹਾ, ਉਹਦਾ ਪਤਾ ਹੀ ਨਹੀਂ ਵੀ ਇਹਨੇ ਕੀ ਕਹਿ ਦੇਣਾ ਕੀ ਕਰਨਾ, ਅਤੇ ਉਹ ਆਪਣੀ ਕਹਿਣੀ ਕਰਨੀ ਦੇ ਵਿੱਚ ਕੋਈ ਪੱਕਾ ਨਹੀਂ। ਸਰ, ਜੋ ਕੋਈ ਵੱਡਾ ਤੁਸੀਂ ਜਿਸ ਤਰ੍ਹਾਂ ਪਹਿਲਾਂ ਅਕਾਲੀ ਦਲ ਨੇ ਪ੍ਰੋਜੈਕਟ ਵੱਡਾ ਜਿਵੇਂ ਤਲਵੰਡੀ ਸਾਬੋ ਤੱਕ ਵਾਸਤੇ ਕੋਈ ਰੇਲਵੇ ਇਹੋ ਜਿਹਾ ਕੋਈ ਪ੍ਰੋਜੈਕਟ ਤੁਸੀਂ ਲਿਆ ਰਹੇ ਹੋ? ਦੇਖੋ, ਜਿੱਥੋਂ ਤੱਕ ਰੇਲਵੇ ਦਾ ਸੰਬੰਧ ਹੈ, ਸਾਨੂੰ ਕਾਫੀ ਸੰਗਤ ਇਸ ਇਲਾਕੇ ਤੋਂ ਦਮਦਮਾ ਸਾਹਿਬ ਤੋਂ ਵੀ ਔਰ ਇੱਧਰੋਂ ਸੰਗਤ ਤੋਂ ਵੀ, ਇੱਧਰੋਂ ਮਾਨਸਾ ਇਲਾਕੇ ਤੋਂ ਵੀ, ਗੁਨਿਆਣੇ ਤੋਂ ਵੀ ਮਿਲੀਆਂ ਸਨ। ਉਹਨਾਂ ਨੇ ਲਿਖਤੀ ਤੌਰ 'ਤੇ ਵੀ ਸਾਨੂੰ ਕਈ ਚੀਜ਼ਾਂ ਬਾਰੇ ਦਿੱਤਾ ਸਨ। ਕਈਆਂ ਦਾ ਇਹ ਸੀ ਕਿ ਗੱਡੀਆਂ ਦੇ ਟਾਈਮ ਚਾਹੀਦੇ, ਉੱਥੇ ਖੜ੍ਹਦੀਆਂ ਨਹੀਂ, ਕਈਆਂ ਦੀ ਅੰਡਰਬ੍ਰਿਜ ਦੀ ਸਮੱਸਿਆ ਸੀ, ਤਖ਼ਤ ਸਾਹਿਬ ਨਾਲ ਜੋੜਨ ਦੀ ਜਿਹੜੀ ਹੈ ਅਹਿਮ ਜ਼ਰੂਰੀ ਹੈ। ਉਹਦੇ ਸੰਬੰਧ ਦੇ ਵਿੱਚ ਅਸੀਂ ਸਾਰੀਆਂ ਮੰਗਾਂ ਆਪਣੇ ਵੱਲੋਂ ਲਿਖ ਕੇ ਦੇ ਕੇ ਮਾਨਯੋਗ ਜਿਹੜੇ ਰੇਲਵੇ ਮੰਤਰੀ ਆ ਜੀ, ਉਹਨਾਂ ਨੂੰ ਮਿਲ ਕੇ ਦੱਸ ਕੇ ਆਏ ਹਾਂ, ਔਰ ਉਹਨਾਂ ਨੇ ਅੱਗੇ ਵੀ ਉਹ ਸਾਰੀ ਰੇਲਵੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਲਾਤੀ ਹੈ ਕਿ ਇਹ ਬਹੁਤ ਜਿਹੜੀਆਂ ਅਹਿਮ ਮਸਲੇ ਨੇ ਬਠਿੰਡਾ, ਮਾਨਸਾ ਅਤੇ ਮਾਲਵੇ ਦੇ ਲੋਕਾਂ ਦੇ, ਔਰ ਇਹਨਾਂ ਨੂੰ ਪਹਿਲ ਦੇ ਆਧਾਰ 'ਤੇ ਚਾਲੂ ਕੀਤਾ ਜਾਵੇ, ਅਤੇ ਉਹ ਸਾਰੇ ਅੰਡਰ ਪ੍ਰੋਸੈਸ ਨੇ, ਅਤੇ ਸਾਨੂੰ ਉਮੀਦ ਹੈ ਵੀ ਜਲਦੀ ਉਹ ਇੱਕ ਇੱਕ ਕਰਕੇ ਜਿਹੜੇ ਜੋ ਪਾਰਟੀ, ਕਿਉਂਕਿ ਪਹਿਲਾਂ ਜਿਹੜਾ ਸੀ ਅਕਾਲੀ ਦਲ ਦੇ ਨਾਲ ਅਲਾਇੰਸ ਹੁੰਦਾ ਸੀਗਾ, ਅਤੇ ਜੋ ਪਾਰਟੀ ਜਿਹੜੀਆਂ ਆਪਣੀਆਂ ਸੀਟਾਂ 'ਤੇ ਜੋ ਲੜਦੀ ਸੀ ਅਤੇ ਉਹਨਾਂ ਦਾ ਜ਼ਿਆਦਾ ਉਹ ਕੇਂਦਰਿਤ ਉੱਥੇ ਰਹਿੰਦਾ ਸੀ। ਹੁਣ ਜਿਹੜੀ ਐਤਕੀ ਇਲੈਕਸ਼ਨ ਆ ਜਿਹੜੀ ਉਹ ਪਹਿਲੀ ਵਾਰ ਪਾਰਟੀ ਨੇ ਆਪਣੇ ਤੌਰ 'ਤੇ ਲੜੀ ਹੈ, ਔਰ ਪਿੰਡਾਂ ਦੇ ਵੱਲ ਵੀ ਗਏ ਨੇ ਜਿਹੜੇ ਜਦੋਂ ਕਿ ਪਹਿਲਾਂ ਇਹ ਰੁਝਾਨ ਨਹੀਂ ਸੀ। ਅਤੇ ਤੁਸੀਂ ਆਪ ਦੇਖਿਆ ਕਿ ਜੋ ਪਾਰਲੀਮੈਂਟ ਦੇ ਰਿਜ਼ਲਟ ਆਏ ਉਹ ਬਹੁਤ ਅੱਛੇ ਆਏ, ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ, ਚਾਹੇ ਵਿਰੋਧੀ ਪਾਰਟੀਆਂ ਨੇ ਬਹੁਤ ਤਰ੍ਹਾਂ ਦੇ ਜਿਹੜੇ ਅੜਿੱਕੇ ਵੀ ਰਹੇ ਗਏ ਕਿ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਆ ਉਹ ਰੂਰਲ ਇਲਾਕੇ ਦੇ ਵਿੱਚ ਪੈਰ ਨਾ ਜਮਾ ਸਕੀ, ਪਰ ਇਸ ਦੇ ਬਾਵਜੂਦ ਵੀ ਜਿੱਥੇ ਵੋਟ ਸ਼ੇਅਰ ਵਧਿਆ 18-19%, ਉੱਥੇ 23 ਸੀਟਾਂ ਵੀ
ਹਾਸਲ ਕੀਤੀਆਂ ਭਾਰਤੀ ਜਨਤਾ ਪਾਰਟੀ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇੱਕ ਬੂਥ 'ਤੇ ਸਮੁੱਚੀ ਪਾਰਟੀ ਦੀ ਲੀਡਰਸ਼ਿਪ ਜਿਹੜੀ ਹੈ ਪਾਰਟੀ ਨੂੰ ਮਜ਼ਬੂਤ ਕਰਨ 'ਤੇ ਲੱਗੀ ਹੋਈ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵਧੀਆ ਜਿਹੜੇ ਰਿਜ਼ਲਟ ਮਿਲਣਗੇ। ਅਤੇ 2027 ਦੇ ਵਿੱਚ ਪਾਰਟੀ ਦਾ ਟੀਚਾ ਹੈ ਕਿ ਇਹ ਸੂਬੇ ਦੇ ਵਿੱਚ ਸਰਕਾਰ ਬਣਾ ਕੇ ਹਰ ਤਰ੍ਹਾਂ ਲੋਕਾਂ ਦੀਆਂ ਜਿਹੜੀਆਂ ਲੋੜਾਂ ਉਹ ਪੂਰੀਆਂ ਕਰਨੀਆਂ, ਕਿਸੇ ਦੀ ਕੋਈ ਸਮੱਸਿਆ ਜਿਹੜੀ ਉਹ ਰਹਿਣ ਨਹੀਂ ਦੇਣੀ, ਕਿਸੇ ਨੂੰ ਬੇਰੁਜ਼ਗਾਰ ਨਹੀਂ ਰਹਿਣ ਦੇਣਾ, ਕਿਸੇ ਨੂੰ ਘਰ ਤੋਂ ਵਾਂਝਾ ਨਹੀਂ ਰਹਿਣ ਦੇਣਾ, ਔਰ ਪੂਰੀ ਜਿਹੜਾ ਅਮਨ ਕਾਨੂੰਨ ਦੀ ਗੱਲ ਹੋਏਗੀ, ਅਮਨ ਸ਼ਾਂਤੀ ਦਾ ਇੱਥੇ ਰਾਜ ਹੋਏਗਾ।